ਇਹ ਸਾਰੀ ਅਕੜ ਚਲੇ ਗਏ, ਚਾਹੇ ਖਰਟਾ ਬਹਿ ਰਹੇ ਨਾ, ਹੈ ਮਾਤਮ ਹੋ ਗਈ ਆ। ਤਾਂ ਤੂੰ ਸੀ ਕਿਆ ਪਿੱਛਾ ਇਸਲਾ ਕਰਿਆ, ਮੋੜੇ ਛੋੜੇ ਇਕੱਠੇ ਕਰੀ ਗਿਆ, ਕਣਕਾਂ ਕਪਾਈ ਉੜਿਆ। ਹੁਣ ਮੋੜੇ ਕੁਛ ਇਕੱਠੇ ਕਰਾਂ, ਸਾਰੇ ਮੋੜੇ ਗਏ ਕੋਰਸ ਕਰਨ। ਜਿਸ ਕੋ ਪੁੱਛੋ ਕੁਦਰ, ਉਹ ਮੈਂ ਕੋਰਸ ਕਰਨਾ ਲੱਗਿਆ, ਕਿਤਾਬਾਂ ਚਾਹੀਆਂ ਹੋਣੀਆਂ ਨੇ। ਐ ਮੈਂ ਵਲੈਤ ਚੁਲਿਆ, ਉਹ ਇੱਕ ਵਲੈਤ ਵਾਲਿਆ ਨਵਾਂ ਰੱਫੜ ਪਾਈ ਉੜਿਆ। ਵੈ ਦਿਓ ਪੈਸੇ, ਕਰੋੜ ਕਰੋੜ ਰੁਪਇਆ ਦਿਓ, ਤਾਂ ਨਾਲੇ ਸਿੱਖੋ ਹੁੰਡਰ, ਤਾਂ ਜ਼ਬਾਨ ਸਿੱਖੋ ਅੰਗਰੇਜ਼ੀ। ਜਿਹੜੇ ਅੱਠ ਅੱਠ ਜਮਾਤਾਂ ਪੜ੍ਹੇ ਸਨ, ਦਸ ਦਸ ਉਹ ਵੀ ਅੰਗਰੇਜ਼ੀ ਸਿੱਖਣੇ। ਕਹਿ ਐਸਾ ਵਲੈਤ ਚੁਲੇ ਆ, ਸਾਰੀ ਫੈਮਿਲੀ ਸਾਰੇ ਵਲੈਤ ਲੱਗੇ ਜਾਸਨ। ਰਹੀ ਜਾ ਸੀ ਪਿੱਛੇ ਸਦੀਕਾ, ਤਾਂ ਬਹਰਹਾਲ ਮੈਂ ਵੀ ਕਰਨਾ ਬਸਤੋ ਬੰਦ, ਜਿਹੜੀਆਂ ਹੈ ਨਾ ਬਾੜੀਆਂ, ਇਹ ਮਾੜਾ ਜਿਲ੍ਹਾ, ਇਹ ਸਾਰੀਆਂ ਵੇਚੀ ਹੋਣਾ। ਤਾਂ ਲਿਕੜੀ ਜਾਂ ਇੱਥੇ ਕਿਤਨਾ ਅਰਸਾ ਮੈਂ ਇੱਥੇ ਨੌਕਰੀ ਕਰਸਾਂ, ਤਾਇਆ ਰਾਣੀ ਤਾਇਆ ਆਪੂ ਲੱਗੇ ਜਾਣੇ ਨੇ, ਇਹੋ ਜਿਹੀ ਮਾੜੀ ਮਾਤਮ ਹੋਈ ਗਈ ਹੈ। ਉਹ ਮਰਨੇ ਵਾਲੇ ਕੋਈ ਬੰਦਾ ਪੁੱਛਿਆ ਵਾ ਵੀ ਇਹ ਵਾ ਕਣਕਾਂ ਪੱਕੀਆਂ, ਬੱਦਲ ਵੀ ਸਿਰਾ ਚੜੇ ਆ, ਤਾਂ ਅਸਾਂ ਕਣਕਾਂ ਕੱਪਾਂ ਜਾਂ ਤੁਹਾਡੀਆਂ ਮਾਤਮਾ ਭਗਤਾਂ। ਹੁਣ ਕਹਿ ਕਰਾਂ ਕਹਿ ਕਿਹੜੇ ਪਾਸੇ ਜਾਂ, ਇਹ ਇੱਟਾਂ ਵੱਡੇ ਵੀ ਪਏ ਸਨ, ਇਹ ਵੀ ਚਾਣੇ ਸਨ, ਇਹ ਸਾਰੇ ਤਾਂ ਤਾਇਆ ਦਾ ਮੀਂਹ ਸਮਝਣੇ, ਮਸ਼ੀਨ ਹੈ, ਮੋਟਰ ਲੱਗੀ ਹੈ ਸਦੀਕੇ ਪਰ। ਇਧਰੋਂ ਬਟਨ ਆਨ ਕਰਸਾਂ ਤਾਂ ਸਦੀਕਾ ਕੰਮ ਸ਼ੁਰੂ ਕਰਦੇ ਸੀ, ਇਧਰੋਂ ਬਟਨ ਬੰਦ ਕਰਸਾਂ ਇਹ ਕੰਮ ਛੋੜੀ ਕਰਦਾ ਸਦੀਕਾ ਉੱਧਰ। ਚਲੋ ਮੈਂ ਕਰਨਾ ਜੁਲਫੀ ਕਰਾਉਣਾ, ਜੁਲਫੀ ਦਾ ਮਾੜਾ ਬੜਾ ਸੱਕਾ ਦੋਸਤ ਹੈ, ਨੰਬਰ ਉਸਨਾ ਮੈਂ ਇੱਥੇ ਕੁਦਰ ਰੱਖਿਆ ਸੀ। ਮੈਂ ਆਖਿਆ ਸੀ ਮੁਹੰਮਦ ਅਲੀ ਕੀ ਕਿ ਨੰਬਰ ਹੈ ਜਿਹੜਾ ਉਸਨਾ ਸਾਰਿਆਂ ਤੋਂ ਅੱਪਰ ਰੱਖਿਆ, ਆਈ ਗਿਆ ਇਹ ਜੁਲਫੀ ਦਾ ਨੰਬਰ। ਅੱਗੋਂ ਮਿਲਾਓ ਤਾਂ ਪਤਾ ਨਹੀਂ ਬੰਦੇ ਬੋਲਣ ਨਹੀਂ ਪੈਣੇ। ਇਹ ਕਿਆ ਮਿਲੀ ਹੁਣ, ਇਹ ਹੋਰ ਗਈ ਹੈ ਟੱਲੀ। ਇਹ ਹੁਣ ਉਹ ਚਾਈ ਕਿੰਨਾ ਜਿਹੜਾ, ਅਸਲਾਮ ਵਾਲੇਕੁਮ ਉਹ ਜੁਲਫੀ ਸਾਹਿਬ, ਕੀ ਹਾਲ ਹੈ? ਹੋਰ ਠੀਕ ਠਾਕ? ਗੱਲ ਇਹ ਮੈਂ ਦੋਸਤਾਂ ਪਈ ਗਈ ਤੰਗ, ਅੱਜ ਅੱਠ ਦਿਹਾੜੇ ਹੋ ਗਏ ਤਾਇਆ ਗਏ ਖਰਟਾ ਬੈਠੇ ਨੇ, ਹੈ ਮਾਤਮ ਹੋ ਗਈ ਆ, ਤੇ ਤੂੰ ਸਰੀਕਿਆ ਪਿੱਛੇ ਕਣਕਾਂ ਕਪਾਈ ਜਾਂ ਕਣਕ ਗਵਾਈ, ਤਾਂ ਬੱਦਲ ਵੀ ਚੜੇ ਆ, ਤੇ ਮੁੜੇ ਗਰਾਂ 'ਚ ਲੱਭਣੇ ਕੋਈ, ਸਾਰੇ ਪਤਾ ਹੀ ਨਾ ਕੋਰਸ ਕਰਨ ਲੱਗੇ, ਕੋਈ ਵਲੈਤ ਜਾਣ ਲੱਗੀ ਜਾਂ ਕੋਈ ਇਟਲੀ ਜਾਣ ਲੱਗੀ ਸਾਰੇ। ਇਹਦਾ ਪਤਾ ਕਿਆ ਕਰ, ਮਾੜੇ ਕੋਲ ਨਹੀਂ ਆਏ ਵਕਤ ਹੋਣੇ, ਮੈਂ ਕਿਤਨਾ ਅਰਸਾ ਨੌਕਰੀਆਂ ਕਰਸਾਂ ਤਾਏ ਰਹਿਣੀਆਂ। ਇਹ ਤੂੰ ਮਾੜਾ ਕਰ ਬਸੋ ਬੰਦ, ਪੈਸਿਆਂ ਨਾਲ ਤੂੰ ਫਿਕਰ ਨਾ ਕਰ, ਜਿਤਨੀਆਂ ਬਾੜੀਆਂ ਨਾ ਮੈਂ ਸਾਰੀਆਂ ਵੇਚੀ ਉੜ ਸਾਂ, ਮਾੜੇ ਨਾਂ ਜ਼ਹਿਰ ਹੈ, ਜਿਤਨੀਆਂ ਤਾਏ ਰਹਿਣੀਆਂ ਬਾੜੀਆਂ ਨੂੰ ਉਤਨੇ ਦੋ ਭਰਾ ਸਨ, ਇੱਕ ਮਾੜੇ ਅਜੀਰ ਦਾ ਇੱਕ ਤਾਇਆ, ਤੇ ਅਜੀਰ ਨਾ ਹਿੱਸਾ ਜਿਹੜਾ ਉਹ ਤਾਂ ਮੈਨੂੰ ਲੱਭਣਾ ਚਾਹੀਦਾ, ਉਹ ਤਾਂ ਮੈਂ ਆਖਿਆ ਮੈਂ ਤਾਏ ਨਾਲ ਕੀ ਆਖਿਆ ਵਾ, ਮੀਂਹ ਦਿਓ ਨਾ ਮਾੜਾ ਹਿੱਸਾ, ਤਾਂ ਮੈਂ ਵੀ ਬਾਈ ਜੀ ਜਾਸਾਂ ਵਲੈਤ ਹੀ ਜਾਸਾਂ। ਬਿਲਕੁਲ, ਗੱਲ ਇਹ ਹੈ ਕਿ ਤੁਕੀ ਲਬਸੀ ਹਰ ਚੀਜ਼ ਸੋਨੇਣੀ ਮੋਹਰ ਹੈ, ਸਾਰੇ ਪੈਸੇ ਮੈਂ ਆਉਣਾ ਕਿ ਤੁਕੀ ਮੈਂ ਭਰਾਉ ਕੀ ਖੁਸ਼ ਕਰਸਾਂ, ਨਾ ਖੁਸ਼ ਕੀਤਾ ਤਾਂ ਆਖੀ। ਗੱਲ ਇਹ ਹੈ ਕਿ ਬੱਕਰੀਆਂ ਵੀ ਤੁਸੀਂ ਦੇ ਜਾਸਾਂ, ਤੂੰ ਇਹ ਫਿਕਰ ਨਾ ਕਰ, ਬੱਕਰੀਆਂ ਵੀ ਤੁਸੀਂ ਦੇ ਜਾਸਾਂ, ਦਾਂਦ ਵੀ ਦੇ ਜਾਸਾਂ, ਤੇ ਉਹ ਜਿਹੜੀ ਖੂਹ ਵਾਲੀ ਬਾੜੀ ਹੈ ਨਾ ਉਹ ਪੱਕੀ ਤੁਹਾਡੀ, ਉਸ ਨੇ ਪਰ ਤੂੰ ਕੋਠੀ ਬਣਾਇਆ, ਤੇ ਉੱਥੇ ਸੜਕ ਬਣੀ ਹੋਈ ਹੈ।
ਉਹ ਨਾ ਮੈਂ ਗੱਲ ਇਹ ਕਿ ਮਾੜਾ ਹੱਕ ਹੈ ਨਾ, ਮੈਂ ਕਿਹੜਾ ਡਰਨਾ ਤਾਜਰ ਕੋਲੋਂ। ਮੈਂ ਕੋਈ ਉਹਨਾਂ ਕੋਲੋਂ ਮੰਗੀ ਦਾ ਦੇਣਾ ਖਾਣਾ, ਮੈਂ ਆਪਣਾ ਕੰਮ ਕਰਨਾ। ਮੈਂ ਸਾਰਾ ਹੁਣ ਗਏ ਨਾ ਜੀ 8 ਦਿਨ, ਮੈਂ ਬਾਇਆ ਨਾ 8 ਦਿਨ ਹੋ ਗਏ ਨੇ ਗਏ ਖਰਟਾ। ਇਹ ਮਾਤਮ ਹੋਣੀ ਹੈ, ਇੱਕ ਜਿਹੜਾ ਜਨਾਜ਼ਾ ਪੜੋ ਤਾਂ ਦੂਏ ਜਿਹੜਾ ਬੱਸਾ ਵੀ ਉਹ ਆ ਜਾਓ। ਉੱਥੇ ਹੁਣ ਦੇਸੀ ਕੁੱਕੜਾਂ ਦੀਆਂ ਮਜਵਾਣੀਆਂ ਖਾਣ ਨਹੀਂ ਪਏ ਜੀ। ਹੈ ਤਾਂ ਇੱਥੇ ਮੈਂ ਫਸੇ ਹਾਂ ਵੈ ਤੱਕ, ਹੁਣ ਹਰ ਅੱਧੇ ਘੰਟੇ ਬਾਅਦ ਬੱਦਲ ਆਈ ਜਾਣਾ, ਕਣਕਾਂ ਵੀ ਕੱਪਣੀਆਂ ਨੂੰ ਕਿਆ ਕਰਾਂ, ਇਕੱਠੀ ਕਰਨੀ ਹੈ ਉਹ, ਫਿਰ ਬੱਦਲ ਇਸਣਾ ਫਿਰ ਸਿੱਝ ਜਾਣੀ ਹੈ। ਆ ਤਾਂ ਉਹ ਮਾੜੇ ਪਰ ਗੁੱਸਾ ਕਰ ਸਣੀ ਤਾਂ ਯਾਰ, ਕਿ ਤੂੰ ਕਣਕਾਂ ਨਹੀਂ ਕੱਪੀਆਂ ਤਾਂ ਇਹ ਨਹੀਂ ਕੀਤਾ ਤਾਂ ਉਹ ਨਹੀਂ ਕੀਤਾ, ਮਾੜੇ ਕੋਲ ਨਹੀਂ ਆਏ ਕੰਮ ਹੋਣਾ, ਤੂੰ ਮਾੜਾ ਟਿਕਟ ਕਟਾ। ਤਾਂ ਮੈਂ ਉਹ ਜਿਹੜੀ ਅੰਗਰੇਜ਼ੀ ਆ ਨਾ, ਤੂੰ ਜਿਤਨੇ ਪੈਸੇ ਲੱਗਣੇ ਨਾ ਤਾਂ ਮੀ ਉਹ ਤੂੰ ਉਹ ਕਿਣੀ ਦੇ ਉਹ ਪਰਚਾ ਜਿਹਾ ਜਿਹੜਾ ਹੋਣਾ। ਆ ਮਾੜੀ ਜਾਨ ਚੜਾ ਤੂੰ ਤਾਏ ਕੋਲੋਂ, ਮੈਂ ਬੜਾ ਤੰਗ ਹੂ। ਆ ਉਹ ਨਾ ਨਾ ਮੈਂ ਹੁਣ ਗੱਲ ਇਹ ਕਿ ਮੂੰਹ ਹੈ ਪਰ ਛੰਨ ਤਾਇਆ, ਤਾਂ ਵੀ ਮੈਂ ਆਖਾਂ ਭਾਈ ਜੀ ਵੀ ਇਸਦਾ ਮੀਂਹ ਭੇਜੋ। ਮੈਂ ਨਾ ਆਪਣੇ ਉਹਨਾਂ ਦੋ ਪੁੱਤਰ ਸਨ ਉਹ ਭੇਜੀ ਉੜੇ, ਪੋਤਰੇ ਵੀ ਭੇਜੀ ਉੜੇ ਨੇ, ਤਾਂ ਮਾੜੀ ਵਾਰੀ ਇਸ ਆਣੇ, ਤੂੰ ਕਿਆ ਕਰ ਸਾ ਵਲੈਤ ਜਾਈ, ਕਿਆ ਤੁਹਾਡਾ ਇੱਥੇ ਹੀ ਵਲੈਤ ਹੈ। ਵਾੜਾ ਪਿੰਡਾ ਕਈ ਚਾਹੋ ਤੁਸੀਂ, ਮੈਂ ਅੱਜ ਮੈਂ ਜੱਜਾ ਜੀ ਪਾਲੀ ਕਈ ਛੋੜਨਾ, ਉਹ ਫੁੱਲ ਫੁੱਲਾਂ ਗੱਲਾਂ ਕਰਨਾ, ਉਹ ਆਉਸੀ ਓਏ ਉਹ ਆਉਸੀ ਬੜਾ ਜੁਲਫੀ ਜੁਲਫੀ ਹੈ ਜੁਲਫੀ ਤੁਹਾਡਾ ਸੱਕਾ ਸਾਰੀ ਦੁਨੀਆ ਗਈ ਹੈ, ਤੂੰ ਕਿਵੇਂ ਜਾਣਾ? ਉਹ ਜਿਹੜੇ ਵਲੈਤ ਗਏ ਨਾ ਉਹਨਾਂ ਕੀ ਪੁੱਛਿਆ ਹੀ ਨਾ, ਮੈਂ ਕੋਈ ਕਿਹੜੇ ਕਿਹੜੇ ਗੇਨ ਵਲੈਤ ਵਿਚਾਰੇ ਉੱਥੇ ਖੱਜਲ ਹੋਣੇ ਪਏ। ਉਹ ਕਬੀਰ ਗਿਆ ਜਾਤਲਾ ਲਾ, ਆ ਮੈਂ ਬੜੀਆਂ ਮੌਜਾਂ ਕਰਨਾ ਉੱਤੇ, ਮੌਜਾਂ ਉਸੀ ਪੁੱਛਣਾ ਵਿਚਾਰੇ ਕੀ ਕਿ ਖੱਜਲ ਹੋਣ ਲੱਗੇ ਨੇ, ਕੰਮਾਂ ਨੇ ਲਾਤੀ ਕੋਈ ਨੀ, ਕੰਮ ਉੱਥੇ ਲੱਭਣਾ ਕੋਈ ਨੀ, ਰਿਹਾਇਸ਼ ਅਕੋਮੋਡੇਸ਼ਨ ਕੋਈ ਨੀ, ਖਾਣੇ ਪੀਣੇ ਤੂੰ ਤੂੰ ਜਾਣੇ ਵਲੈਤ ਤੈਨ ਤੰਗ, ਉਹ ਤਾਂ ਆਣਾ ਮਾਰੇ ਉੱਥੇ ਬੜੀ ਬਲਾਦਰੀ ਹੈ। ਕਿਹੜੀ ਬਲਾਦਰੀ, ਕੋਈ ਇੱਕ ਦਿਨ 4 ਦਿਨ 10 ਦਿਨ ਰੱਖਣੀ ਆ ਘਰ ਆਪਣੇ, ਜ਼ਿਆਦਾ ਦਿਹਾੜੇ ਕੋਈ ਨੀ ਪੁੱਤਰ ਰੱਖਣੀ ਤੀ ਮੈਂ, ਉਹ ਛੋੜਿਆ ਖਰੇਟੇ ਮੈਂ ਗਿਆ ਮੱਤ ਮੈਂ ਤੇ ਪਿੱਛੇ ਤੀ ਮੈਂ ਆਇਆ ਕਣਕਾਂ ਉਹ ਟੱਕ ਉਹ ਤੇ ਬੱਦਲ ਵੀ ਟਕਾਉਣਾ, ਉਹ ਬੱਦਲ ਲੈ ਤੇ ਫਿਰ ਕਹੇ ਬੰਦੇ ਲਾ ਲਾ, ਉਸਨੇ ਆਣੇ ਸੇ ਮਾੜੇ ਬੜੇ ਸੰਗੀ ਯਾਰ ਬੇਲੀ ਤਾਂ ਸਾਰੇ ਸੰਗੀ ਲੱਗੇ ਹੋਏ ਨਾ ਸ਼ਹਿਰ ਗਏ ਨੇ ਮੀਰਪੁਰ, ਕੋਰਸ ਕਰਨ ਅੰਗਰੇਜ਼ੀ ਸਿੱਖਣ ਗਏ ਨੇ ਨਾ। ਅੰਗਰੇਜ਼ੀ ਤੂੰ ਵੀ ਸਿੱਖ ਸੇ? ਹਾਂ ਮੈਂ ਸਿੱਖਦਾ ਅੰਗਰੇਜ਼ੀ। ਅਲਾ 1 2 ਸੁਣਾ, 1 2 ਹਾਂ ਫਿਰ ਫਿਰ 1 2 ਫਿਰ 1 2 ਤੈਜੂ 1 2 ਕਰਨਾ, ਇਧਰ 1 ਹਾਂ ਇਧਰ 2 ਅੱਛਾ ਤੇ ਵਟ ਇਜ਼ ਯੋਰ ਨੇਮ? ਆਈ ਐਮ ਖਾਈ ਆਇਆ ਹਾਂ। ਹੈ ਖਾਈ ਆਇਆ ਹਾਂ ਮੈਂ ਸਵੇਰੇ 2 ਪਰਾਂਠੇ ਖਾਦੇ। ਤੁਹਾਡਾ ਪੇੜਾ ਤੇਰੀ ਜਗ੍ਹਾ ਹੀ ਬਿਲਾ, ਖਾਣੇ ਨਹੀਂ ਆ ਗੱਲਾਂ ਕਰਨਾ। ਤੁਸੀਂ ਇੰਗਲੈਂਡ ਨੇ ਲਾਤਾ ਇਹ ਜਿਹੜੇ ਸਾਡੇ ਲੋਕ ਗਏ ਨਾ ਇੰਗਲੈਂਡ ਹੈ, ਆਹੋ ਇਹ ਬੜੇ ਖੁਸ਼ਕਿਸਮਤ ਹਨ। ਆਹੋ ਮਾਸ਼ਾਅੱਲਾ ਮਾਸ਼ਾਅੱਲਾ, ਕਰੋੜ ਕਰੋੜ ਰੁਪਇਆ ਪਾਕਿਸਤਾਨੀ ਦੇਈ ਤਾਂ ਗਏ ਨੇ ਪੌਂਡਾਂ ਨੇ ਸਾਹ ਪਰ ਤੱਕੋ ਤਾਂ 30-30 ਹਜ਼ਾਰ ਤੇ ਤੁਸਾਂ ਵੀ ਗ੍ਰਾਂਡ ਲੰਬਰਦਾਰ ਹੋ, ਮੈਂ ਆਣਾ ਵੇ 2 ਕਰੋੜ ਲੱਗਿਆ ਨਾ, ਆ ਟੰਮੀ ਭੇਜੋ ਆਲਾ। ਉੱਥੇ ਜਈ ਤਾਂ ਕਰਸੋ ਕਹਿ ਭਾਂਡੇ ਮਾਂਜਣੇ ਨਾ ਵੀ ਹੁਣ ਉੱਥੇ ਕੰਮ ਕੋਈ ਨੀ ਰਿਹਾ। ਤਾਇਆ ਉੱਥੇ ਕਣਕਾਂ ਕਪਸੋਣਾ, ਉੱਥੇ ਤੁਹਾਡੇ ਕਣਕਾਂ ਉਹ ਪਿੱਛਾ ਉਹ ਜਿਹੜੀਆਂ ਨੂੰ ਉਹ ਕਪਸੀ, ਉਹ ਵੀ ਮੈਂ ਇਹ ਮਜ਼ਦੂਰ ਲੈ ਜਾ ਕੇ ਪਾਉਣਾ।
ਤੁਸੀਂ ਮੈਂ ਰੂਮਾਨੀਆ ਭੇਜਾ 5 ਸਾਲ ਨਾ ਵਰਕ ਪਰਮਿਟ ਵੀਜ਼ਾ ਰੂਮਾਨੀਆ ਰੂਮਾਨੀਆ ਯੂਰੋਪ ਵਿਚ ਸੀ ਤੇ ਹੁਣ ਉਹ ਸ਼ੈਂਜਿੰਗ ਕੰਟਰੀਆਂ ਚ ਆਈ ਗਿਆ ਖਾਣਾ ਪੀਣਾ ਫ੍ਰੀ ਨਵਾਂ ਵਿਆਹ ਕਰਨਾ ਪਿਆ ਸੀ ਨਵਾਂ ਵਿਆਹ ਜਵਾਨ ਘਰ ਨਵਾਂ ਇਸ ਜਿਹੜੀ ਮੈਂ ਇਹ ਕੁੜੀ ਤੁਹਾਡੇ ਨਾਲ ਵਿਆਹ ਕਰਾਇਆ ਇਹ ਜਿਹੜੀ ਚੜੇਲ ਚ ਮੁੱਟੀ ਵੀ ਮਾਨਾ ਜਾਂਚ ਟੱਕਣੀ ਉਸੀ ਸੁਣੀ ਉਸੀ ਮਾਸੀ ਆ ਨਾਲ ਤੂੰ ਮੇਰੀ ਮਰਵਾਣਾ ਨੇ ਚੱਲ ਆ ਤੁਸੀਂ ਰੁਮਾਨੀਆਂ ਨੇ ਵਾਲੇ ਨਾਲ ਸਮਝਾ ਠੀਕ ਹੈ ਨਾ ਠੀਕ ਹੈ ਚਲੋ ਆਹੋ ਚੁੱਪ 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 ਬੜੀਆ ਮੁੰਡੀ ਕੀ ਨਾ ਦਸਿਆ ਆਲਾ ਮੁੰਡੀ ਕੀ ਨਾ ਦਸਿਆ ਕਿ ਮੈਂ ਰੁਮਾਨੀਆਂ ਭੇਜਾਂ ਇੱਕ ਬੁੱਢੀ ਤੁਸ ਕਰੋ ਇੱਕ ਮੈਂ ਕਰਾਂ ਰੁਮਾਨੀ ਉਮਰ ਕੋਨੀ ਆ ਨਾ ਪੁੱਤਰਾ